ਜੇ ਆਪਾਂ ਪਠਾਨਕੋਟ ਦੇ ਬੱਸ ਸਟੈਂਡ ਦੇ ਪਰ ਮੌਜੂਦ ਆ ਸਭ ਤੋਂ ਪਹਿਲਾਂ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖ ਸਕਦੇ ਜਿਹੜੀ ਬੱਸਾਂ ਇੱਥੇ ਰੋਡ ਪੇ ਦੀਆਂ ਨੇ ਇੱਥੇ ਬਿਲਕੁਲ ਲੇਨ ਬੰਦ ਕਰ ਦਿੱਤੀ ਗਈ ਹੈ ਦੂਜੇ ਪਾਸੇ ਤੁਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਜਿਹੜੇ ਪੰਜ ਵਸੇ ਕੰਟਰੈਕਟ ਵਰਕਰ ਯੂਨੀਅਨ ਵਾਲੇ ਜਿਹੜੇ ਸਦੱਸ ਨੇ ਉਹਨਾਂ ਵੱਲੋਂ ਜਿਹੜਾ ਧਰਨਾ ਦੇ ਦਿੱਤਾ ਗਿਆ ਹੈ ਧਰਨਾ ਦੇਣ ਦੀ ਵਜ੍ਹਾ ਜਿਹੜੀ ਹੈ ਉਹ ਜੀ ਐਮ ਪਠਾਨਕੋਟ ਵੱਲੋਂ ਕੁਝ ਮੰਗਾਂ ਜਿਹੜੀਆਂ ਉਹਨਾਂ ਦੀ ਨਹੀਂ ਮੰਨੀਆਂ ਜਾ ਰਹੀਆਂ ਉਹਨਾਂ ਨੂੰ ਲੈ ਕੇ ਜਿਹੜਾ ਧਰਨਾ ਦਿੱਤਾ ਗਿਆ ਪ੍ਰਦਰਸ਼ਨ ਕਰਨ ਦਾ ਕਹਿਣਾ ਕਿ ਜੀ ਐਮ ਵੱਲੋਂ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਉਹ ਡਬਲ ਡਿਊਟੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਿਹੜੇ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ ਇਹ ਜਿਹੜਾ ਧਰਨਾ ਜਿਹੜਾ ਦਿੱਤਾ ਹੈ ਔਰ ਡਿਪੂ ਨੂੰ ਬੰਦ ਕੀਤਾ ਹੈ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਇਹ ਧਰਨਾ ਪ੍ਰਦਰਸ਼ਨ ਦਿੱਤੇ ਜਾਰੀ ਰਹੇਗਾ ਅਤੇ ਡਿਪੂ ਜਿਹੜਾ ਬੰਦ ਰਹੇਗਾ ਇਸ ਸਾਰੇ ਮਾਮਲੇ ਬਾਰੇ ਜਦੋਂ ਆਪਾਂ ਜੀ ਐਮ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਪ੍ਰਦਰਸ਼ਨਕਾਰੀਆਂ ਨੂੰ ਬੁਲਾ ਕੇ ਜੋ ਵੀ ਹੁੰਦਾ ਹੱਲ ਬਣਦਾ ਹੋਵੇਗਾ ਉਹ ਕਰ ਦਿੱਤਾ ਜਾਵੇਗਾ ਉਹ ਦੇਖਦੇ ਹਾਂ ਪੂਰੀ ਰਿਪੋਰਟ 'ਤੇ ਗੱਲਬਾਤ ਕਰਦੇ ਹਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਦੇ ਬਾਰੇ ਅੱਜ ਦਾ ਪ੍ਰੋਟੈਸਟ ਹੈ ਸਰ ਡਿਪੂ ਮੰਜਰ ਸਾਹਿਬ ਨੂੰ ਅਸੀਂ ਪਹਿਲਾਂ ਵੀ ਲਿਖਤੀ ਰੂਪ 'ਚ ਵੀ ਦੇ ਚੁੱਕੇ ਹਾਂ ਗੱਡੀਆਂ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਬੱਸਾਂ ਵਿੱਚ ਪੰਜਾਬ ਸਰਕਾਰ ਨੇ ਔਰਤਾਂ ਨੂੰ ਫ੍ਰੀ ਕੀਤਾ ਹੋਇਆ ਜਿਹਦੇ ਕਾਰਨ 100-100 ਸਵਾਰੀ ਹਰ ਰੂਟ 'ਤੇ ਓਵਰਲੋਡ ਬੱਸਾਂ ਜਾਂਦੀਆਂ ਨੇ ਜਿਹਦੇ ਕਾਰਨ ਬੱਸਾਂ ਵਿੱਚ 2-4-5 ਲੀਟਰ ਤੇਲ ਵੀ ਵੱਧ ਪੈ ਜਾਂਦਾ ਡਰਾਈਵਰਾਂ ਨੂੰ ਵੀ ਹਰਾਸਮੈਂਟ ਕੀਤਾ ਜਾ ਰਿਹਾ ਰਿਕਵਰੀਆਂ ਤੱਕ ਪਾਈਆਂ ਜਾ ਰਹੀਆਂ ਰੂਟਾਂ ਦੇ ਕਨੈਕਟਰਾਂ ਕੋਲੋਂ ਵੀ ਡਬਲ ਡਿਊਟੀਆਂ ਡਰਾਈਵਰਾਂ ਕਨੈਕਟਰਾਂ ਕੋਲ ਡਬਲ ਡਿਊਟੀਆਂ ਵੀ ਧੱਕੇ ਨਾਲ ਲਈਆਂ ਜਾ ਰਹੀਆਂ ਜੇ ਰੂਟ 'ਤੇ ਕੋਈ ਐਕਸੀਡੈਂਟ ਹੋ ਜਾਵੇ ਉਹਦਾ ਕਲੇਮ ਵੀ ਡਰਾਈਵਰਾਂ ਨੂੰ ਪਾਇਆ ਜਾ ਰਿਹਾ ਤਾਂ ਸਾਡੀ ਇਹੋ ਹੀ ਮੰਗ ਆ ਕਿ ਡਬਲ ਡਿਊਟੀ ਨਾ ਲਈ ਜਾਵੇ ਡਰਾਈਵਰਾਂ ਨੂੰ ਡੀਜ਼ਲ ਦੇ ਪੈਸੇ ਰਿਕਵਰੀ ਨਾ ਪਾਈ ਜਾਵੇ ਅਤੇ ਵਰਕਰਾਂ ਕੋਲੋਂ ਡਬਲ ਡਿਊਟੀ ਨਾ ਲਈ ਜਾਵੇ ਇਹਨਾਂ ਦੀਆਂ ਬੰਦੀਆਂ ਛੁੱਟੀਆਂ ਰੈਸਟਾਂ ਸਮੇਂ ਸਿਰ ਦਿੱਤੀਆਂ ਜਾਣ ਜਿਹਨੇ ਲਗਾਤਾਰ ਕੰਮ ਕੀਤਾ ਉਹਦੀਆਂ ਮਹੀਨੇ 'ਚ 4 ਰੈਸਟਾਂ ਅਤੇ ਡੇਢ ਉਹਦੀ ਕਮਾਈ ਛੁੱਟੀ ਬਣਦੀ ਹੈ ਕਮਾਈ ਛੁੱਟੀ ਦੇ ਦੂਰ ਇੱਥੇ 4 ਰੈਸਟਾਂ ਲੈਣੀਆਂ ਵਰਕਰਾਂ ਨੂੰ ਆਪਣੀਆਂ ਔਖੀਆਂ ਹੋਈਆਂ ਨੇ ਅਤੇ ਸਾਡੀ ਡਿਪੂ ਮੈਨੇਜਰ ਕੋਲ ਇਹੋ ਹੀ ਮੰਗ ਆ ਇਹ ਛੋਟੇ ਛੋਟੇ ਮਸਲੇ ਨੇ ਇਹ ਪਹਿਲਾਂ ਹੀ ਹੱਲ ਕਰ ਦਿੰਦੇ ਤਾਂ ਜੋ ਇਹ ਡਿਪੂ ਬੰਦ ਨਾ ਹੁੰਦਾ ਜ਼ਿਲ੍ਹੇ ਮੈਨੇਜਮੈਂਟ ਮੰਗਾਂ ਮੰਨ ਲਏਗੀ ਤਾਂ ਡਿਪੂ ਵੀ ਖੋਲ੍ਹ ਦਿਆਂਗੇ ਨਹੀਂ ਤਾਂ ਸੰਘਰਸ਼ ਲੰਮਾ ਹੀ ਜਾਏਗਾ ਕੋਈ ਗੱਲ ਨਹੀਂ ਸਰ ਅੱਜ ਦਾ ਪ੍ਰੋਟੈਸਟ ਹੈ ਇਹ ਵਰਕਰਾਂ ਨੂੰ ਆਇਆ ਨਜਾਇਜ਼ ਧੱਕਾ ਆ ਰਿਹਾ ਉਹਦੇ ਸੰਬੰਧ ਵਿੱਚ ਹੈ ਮੈਂ ਮੁਕੇਸ਼ ਕੁਮਾਰ ਪੰਜ ਵਸ ਕੰਟਰੈਕਟ ਵਰਕਰ ਯੂਨੀਅਨ ਉਹਦੇ ਵੱਲੋਂ ਹਾਂ ਅਤੇ ਮੈਂ ਜੀ ਐਮ ਸਾਹਿਬ ਨੂੰ ਪਹਿਲਾਂ ਵੀ ਇਹ ਗੱਲ ਅਸੀਂ ਆਪਣੀ ਪੂਰੀ ਟੀਮ ਗਈ ਸੀ ਜੀ ਐਮ ਕੋਲੋਂ ਵੀ ਜੀ ਐਮ ਸਾਹਿਬ ਵਰਕਰਾਂ ਕੋਲ ਉਹਦੀ ਬੰਦੀ ਡਿਊਟੀ ਲਈ ਜਾਵੇ ਪਰ ਲੇਕਿਨ ਜੀ ਐਮ ਸਾਹਿਬ ਨੇ ਸਾਡੀ ਗੱਲ 'ਤੇ ਗੌਰ ਨਹੀਂ ਫਰਮਾਇਆ ਜਿਹਦੇ ਕਾਰਨ ਸਾਨੂੰ ਮਜਬੂਰ ਹਾਂ ਜੇ ਡਿਪੂ ਬੰਦ ਕਰਨਾ ਪਿਆ ਔਰ ਜਿਹਦੀ ਸਾਰੀ ਜ਼ਿੰਮੇਵਾਰੀ ਹੈ ਜੀ ਜਾਣਾ ਮੈਨੇਜਰ ਦੀ ਹੈ ਜੀ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਦੇਖੋ ਇਹ ਤਾਂ ਮੈਨੇਜਮੈਂਟ ਜਾਣੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਆ ਅਸੀਂ ਤਾਂ ਪਬਲਿਕ ਹਿੱਤ ਵਾਰੇ ਹਾਂ ਪਰ ਲੇਕਿਨ ਜਦੋਂ ਵਰਕਰ ਤੰਗ ਹੋ ਰਿਹਾ ਤਾਂ ਅਸੀਂ ਲੋਕਾਂ ਨੂੰ ਕਿੱਦਾਂ ਖੁਸ਼ ਰੱਖ ਸਕਦੇ ਹਾਂ ਇੱਥੇ ਵਰਕਰ ਨੂੰ ਰੈਸਟਾਂ ਨਹੀਂ ਮਿਲ ਰਹੀਆਂ ਉਹ ਰੈਸਟ ਵਾਸਤੇ ਤਰਸਣ ਦੇਣ ਅਤੇ ਜਨਰਲ ਮੈਨੇਜਰ ਡੋਲੀ ਕਹਿੰਦਾ ਵੀ ਨਹੀਂ ਵੀ ਉਹਨਾਂ ਡਿਊਟੀ ਸ਼ਕ ਨੂੰ ਤਾਰ ਲਾਈ ਦੀ ਪੂਰੀ ਵੀ ਮੈਨੂੰ ਨਹੀਂ ਪਤਾ ਰੈਸਟਾਂ ਦੇਣੀਆਂ ਦਿਓ ਪਰ ਮੈਨੂੰ ਕਿਲੋਮੀਟਰ ਚਾਹੀਦੇ ਨੇ ਅਤੇ ਵਰਕਰਾਂ ਨੂੰ ਰੈਸਟਾਂ ਨਹੀਂ ਮਿਲ ਰਹੀਆਂ ਜਿਹਦੇ ਕਾਰਨ ਪਵਾਈ ਅੱਜ ਡਿਪੂ ਬੰਦ ਕੀਤਾ ਜਦ ਤੱਕ ਸਾਨੂੰ ਇਹਦਾ ਰਿਟਰਨ ਭਰੋਸਾ ਨਹੀਂ ਮਿਲਦਾ ਅਸੀਂ ਜੀ ਜਨਰਲ ਮੈਨੇਜਰ ਨੂੰ ਕਹਿੰਦੇ ਵੀ ਜਿੱਦਾਂ ਰੂਟ ਪਹਿਲਾਂ ਚੱਲ ਰਹੀ ਸੀ ਉਦਾਂ ਹੀ ਚੱਲਣੇ ਚਾਹੀਦੇ ਆ ਆਪਾਂ ਉਸ ਤੋਂ ਬਾਅਦ ਉਸ ਤੋਂ ਅੱਗੇ ਨਹੀਂ ਅਸੀਂ ਜਾਣਦੇ ਹਾਂ ਜਨਰਲ ਮੈਨੇਜਰ ਨੂੰ ਦਿੱਲੀ ਕੀਤੀ ਗਈ ਕੋਈ ਹਾਂਜੀ ਬਿਲਕੁਲ ਕੀਤੀ ਹੈ ਜੀ ਇਹਨਾਂ ਨੇ ਅੱਗੇ ਮੁੜ ਕੇ ਡਿਊਟੀ ਅੱਗੇ ਗਏ ਚੰਡੀਗੜ੍ਹ ਗੱਡੀ ਜਾਂਦੀ ਆ ਉਹ ਨਾਈਟ 'ਤੇ ਆ ਕੇ ਇੱਥੇ ਛੱਡ ਜਾਂਦੀ ਸੀ ਹੁਣ ਜਨਰਲ ਮੈਨੇਜਰ ਕਹਿ ਰਿਹਾ ਜਿਹੜਾ ਇੱਕ ਵਰਕਰ ਰਾਤ 2:30 ਵਜੇ ਇੱਥੇ ਆ ਰਿਹਾ ਉਹਨੂੰ ਸਵੇਰੇ 4 ਵਜੇ ਜਲੰਧਰ ਜਾਂ ਅੰਮ੍ਰਿਤਸਰ ਜਾਣਾ ਪੈ ਰਿਹਾ ਖੋੜਾ ਨਾ ਖਾਸ ਤਾਂ ਗੱਡੀ ਰਸਤੇ ਵਿੱਚ ਕੋਈ ਮਿਸਅਪ ਨਹੀਂ ਹੋਈ ਹੁੰਦੀ ਆ ਜਾਂ ਡਰਾਈਵਰ ਕੁਛ ਹੁੰਦੀ ਆ ਕੋਈ ਮੈਨੇਜਮੈਂਟ ਦਿੰਦੀ ਆ ਲੈ ਕੇ ਵੀ ਦੀ ਜ਼ਿੰਮੇਵਾਰੀ ਮੈਂ ਲੈਣੀ ਆ ਤੇ ਗੱਡੀਆਂ ਲੱਗੀਆਂ ਵੀ ਹਨ ਔਰ ਉਹਦਾ 50-50 ਹਜ਼ਾਰ ਰੁਪਇਆ ਤਿੰਨਾਂ ਡਰਾਈਵਰਾਂ ਦੇ ਖਾਤੇ 'ਚ ਪਿਆ ਵਿਚਾਰੇ ਦੇ ਉਹਨਾਂ ਨੇ 30-30 ਦਿਨ ਕੰਮ ਕੀਤਾ 31-31 ਹਜ਼ਾਰ ਦੀ ਉਹਦੀ ਤਨਖਾਹ ਬਣੀ ਆ ਅਤੇ 31-31 ਹਜ਼ਾਰ ਹੀ ਮੈਨੇਜਮੈਂਟ ਨੇ ਕੱਟ ਲਿਆ ਤੋ ਉਸ ਰੋਸ ਵਜੋਂ ਅਜਿਹੇ ਡਿਪੂ ਬੰਦ ਕੀਤਾ ਜਦ ਤੱਕ ਸਾਨੂੰ ਕੋਈ ਲਿਖਤੀ ਭਰੋਸਾ ਨਹੀਂ ਮਿਲਦਾ ਆਪਾਂ ਡਿਪੂ ਨਹੀਂ ਖੋਲ੍ਹਾਂਗੇ ਜੀ